पता ही है जी, 18 ते 19 दी रात नूं ए डिवीजन दे विच एक गलती नाम दा जिहड़ा व्यक्ति है उन्हां दे घर ते उत्ते फायरिंग हो गई सीगी। और उस तों बाद सोशल मीडिया ते वख-वख इंटर गैंग राइवलरी टाइप जिहड़ी है चीज़ ओह इमर्ज होई सी। सो साडी जिहड़ी मानयोग सीएम साहब दी जीरो टॉलरेंस पॉलिसी अगेंस्ट गैंगस्टर्स, उहदे तहत साडी टीम ने दिन रात मेहनत कीती। साडे डीसीपी हरप्रीत मंडेर जी, डीसीपी मिस्टर अभिमन्यु राणा और जिहड़े इंस्पैक्टर CIA अमन, ए डिवीजन दी टीम गुरिंदर वीर ACP, ये सारे जने लगे रहे इस काम दे उत्ते दिन रात। और असी इहदे च बंदे जिहड़े आइडेंटिफाई कीते पहलां, और उस तों बाद उन्हां दी ट्रेल ते जदों जा रहे सी ते उन्हां दा एक्सचेंज ऑफ फायर होया, जिथे पुलिस नाल एनकाउंटर होया अज सवेरे सुल्तानविंड दे एरिए च। उहदे च इक बंदे दे जख्मी होया जिहड़ा मुलजम सी, दूसरा गिरफ्तार होया। इहदे जिहड़ी हुण तक दी तफ्तीश च आया कि 2 वॉन्टेड शूटर सी, रेशम सिंह एलियस बाऊ, ये झबाल एरिए दा रहिण वाला, रेशम सिंह एलियस बाऊ, दूजा हैगा गुरविंदर एलियस गुरी, जिहदे गोली लगी है। और ये दोनों बंदियां ने जाके 2 होर अपने साथियों नाल ये जिहड़ा जिहड़ा इंसीडेंट सी ए डिवीजन दे एरिए च रामबाग दे, उत्थे उहनूं अंजाम दित्ता सी। सो मैं इहनूं बड़ी अच्छी कामयाबी मंगदा और सारी टीम नूं मुबारकबाद दिंदा कि जिहड़ी साडी इन्वेस्टिगेशन है बहुत फास्ट ते वधिया तरीके नाल उहनूं निभाया गया, और एक केस ट्रेस भी होया ते बंदे भी अरैसट होए। जिहड़े दूसरे 2 बंदे है ਉਹ ਵੀ ਜਲਦੀ ਅਰੈਸਟ ਹੋਣ ਕੀਤੇ ਜਾਣਗੇ। ਇਹਦੇ 'ਚ ਜਿਹੜੀ ਰਿਕਵਰੀ ਹੈਗੀ ਆ ਉਹ ਇੱਕ ਗਲੋਕ ਪਿਸਟਲ ਹੈ, ਬੜਾ ਸਫਿਸਟੀਕੇਟਡ, ਔਰ ਉਹਦੇ ਨਾਲ ਇੱਕ 32 ਬੋਰ ਦਾ ਵੀ ਪਿਸਟਲ ਹੈਗਾ। ਇਹਦੇ ਨਾਲ 13 ਰਾਊਂਡਸ ਨੇ, ਔਰ ਇਹਨਾਂ ਦੇ ਉੱਤੇ ਜਿਹੜੀ ਪਿਛਲੀ ਹਿਸਟਰੀ ਹੈ, ਰੇਸ਼ਮ ਸਿੰਘ ਏਲੀਅਸ ਬਾਊ ਜਿਹੜਾ ਮੇਜਰ ਸਿੰਘ ਦਾ ਬੇਟਾ ਝਬਾਲ ਕਲਾਂ ਦਾ, 4 FIR ਦਰਜ ਨੇ, ਆਰਮਜ਼ ਐਕਟ ਡਕੈਤੀ, ਇਹ ਤਰਨ ਤਾਰਨ, ਜ਼ੀਰਾ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਵਿੱਚ ਨੇ। ਇਸ ਤੋਂ ਇਲਾਵਾ ਗੁਰਵਿੰਦਰ ਜਿਹੜਾ ਗੁਰੀ ਹੈ, ਇਹਦੇ ਖਿਲਾਫ਼ ਵੀ 5 ਡਕੈਤੀ ਦੇ ਮਾਮਲੇ ਨੇ, ਆਰਮਜ਼ ਐਕਟ ਦਾ ਮਾਮਲਾ ਲੁਧਿਆਣੇ ਦੇ ਵਿੱਚ ਅਤੇ ਤਰਨ ਤਾਰਨ ਦੇ ਵਿੱਚ। ਇਹ ਜਿਹੜਾ ਕੰਪਲੇਨੈਂਟ ਇਸ ਕੇਸ 'ਚ ਹੈਗਾ ਉਹ ਜਸਦੀਪ ਏਲੀਅਸ ਸਾਜਨ ਹੈ, ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੁੰਦਰ ਨਗਰ ਦੇ ਵਿੱਚ ਉਹ ਵਾਰਦਾਤ ਹੋਈ ਸੀ। ਜਿਹੜਾ ਸਾਡਾ ਨਸ਼ਾ ਵਿਰੋਧੀ ਮੁਹਿੰਮ ਹੈ ਉਹ ਉਹਦੇ 'ਚ ਵੀ ਹੋਰ ਸਾਨੂੰ ਇੱਕ ਬੜੀ ਅੱਛੀ ਕਾਮਯਾਬੀ ਮਿਲੀ ਹੈ, ਜਿਵੇਂ ਕਿ ਤੁਹਾਨੂੰ ਪਹਿਲਾਂ ਪਤਾ ਹੀ ਹੈ ਕਿ ਪਿਛਲੇ ਦਿਨਾਂ 'ਚ ਵੀ ਆਪਣੀ 2.5 ਕਿਲੋ ਦੀ, 3.5 ਕਿਲੋ ਦੀ ਇੱਦਾਂ ਕਾਫੀ ਰਿਕਵਰੀਜ਼ ਹੋਈਆਂ। ਸੋ ਸਾਡੀ ਟੀਮ ਨੇ ਬੜਾ ਅੱਛਾ ਕੰਮ ਕੀਤਾ, DCPs ਦੋਨੋਂ, ਮੰਡੇਰ ਸਾਹਿਬ ਅਤੇ ਅਭਿਮਨਿਊ ਰਾਣਾ ਜੀ, ਸਾਡਾ SHO 66 ਰੋਬਿਨ, ਔਰ ਇਹ ਸਾਰਿਆਂ ਨੇ ਰਲ ਕੇ 2.25 ਕਿਲੋ ਹੀਰੋਇਨ ਬਰਾਮਦ ਕੀਤੀ ਗਈ ਹੈ। ਚਾਹੇ ਰਿਕਵਰੀ 2.25 ਕਿਲੋ ਦੀ ਹੈ, ਪਰ ਇਹ ਬੜਾ ਇੰਪੋਰਟੈਂਟ ਇੱਕ ਮੋਡਿਊਲ ਸਿੰਡੀਕੇਟ ਬਸਟ ਹੋਇਆ। ਇਹਦੇ ਜਿਹੜਾ ਪਤਾ ਲੱਗਿਆ ਕਿ ਜਾਵੇਦ ਕਰਕੇ ਬੰਦਾ ਇੱਥੋਂ US ਬੇਸਡ ਹੈਗਾ, ਉਹਦੇ ਰੈੱਡ ਕਾਰਨਰ ਨੋਟਿਸ ਵਗੈਰਾ ਵੀ ਜਾਰੀ ਕੀਤੇ ਹੋਏ ਆ। ਉਹ ਉੱਥੇ ਅਮੈਰੀਕਾ 'ਚ ਬੈਠਾ ਇਹ ਸਾਰਾ ਕੰਟਰੋਲ ਕਰ ਰਿਹਾ ਡਰੱਗਸ ਜਿਹੜਾ ਕਾਟਲ ਹੈਗਾ। ਔਰ ਇਹਦੇ 'ਚ 3 ਜਿਹੜੇ ਮੁਲਜ਼ਮ ਅਸੀਂ ਗ੍ਰਿਫਤਾਰ ਕੀਤੇ ਆ, ਬੜੇ ਐਕਟਿਵ ਨੇ ਕੁਛ ਦਿਨਾਂ 'ਚ। ਇੱਕ ਜਗਰੂਪ ਜੂਪਾ ਹੈਗਾ, ਇਹ ਰਾਣੀਕੇ ਪਿੰਡ ਦਾ, ਥਾਣਾ ਕਰਿੰਡਾ, ਅੰਮ੍ਰਿਤਸਰ ਰੂਰਲ, ਔਰ ਜਗਜੀਤ ਲਵਪ੍ਰੀਤ ਏਲੀਅਸ ਲਵਪ੍ਰੀਤ ਹੈ, ਇਹ ਰਾਨਗੜ੍ਹ ਦਾ PS ਕਰਿੰਡਾ ਅੰਮ੍ਰਿਤਸਰ ਰੂਰਲ, ਜਸ਼ਨਪ੍ਰੀਤ ਜਸ਼ਨ, ਇਹ ਵੀ ਰਾਨਗੜ੍ਹ ਦਾ ਹੈਗਾ PS ਕਰਿੰਡਾ। ਜੇ ਇਹਨਾਂ ਦੀ ਆਪਾਂ ਬੈਕਗਰਾਊਂਡ ਦੇਖੀਏ, ਉਮਰ ਵੀ ਬੜੀ ਛੋਟੀ ਹੈ, 18-19 ਸਾਲ ਦੇ ਇਹ ਹੈਗੇ ਸਾਰੇ, 12th ਪਾਸ, ਕੋਈ ਕਾਰਪੈਂਟਰ ਦਾ ਕੰਮ ਕਰ ਰਿਹਾ, ਕੋਈ ਲੇਬਰ ਦਾ ਕੰਮ ਕਰ ਰਿਹਾ, ਉਹੀ ਈਜ਼ੀ ਮਨੀ ਵਾਲੀ ਗੱਲ। ਔਰ ਕਾਲੀ ਨਾਮ ਦਾ ਇੱਕ ਸਮਗਲਰ ਜਿਹਨੇ ਆਪਣਾ ਨਾਮ ਕਾਲੀ ਰੱਖਿਆ ਹੋਇਆ, ਪਾਕਿਸਤਾਨ ਬੇਸਡ, ਉਹ ਵੀ ਇਮਰਜ ਹੋਇਆ। ਔਰ ਇਹਨਾਂ ਦੀ ਪੁੱਛਤਾਛ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਬੇਸਿਕਲੀ ਇਹ ਰੈਗੂਲਰਲੀ ਡਰੋਨ ਰਾਹੀਂ ਇਹਨਾਂ ਕੋਲ ਕੰਸਾਈਨਮੈਂਟ ਆ ਰਹੀ ਸੀ, ਔਰ ਕੱਲ੍ਹ ਵੀ ਜਿਹੜੀ ਕੰਸਾਈਨਮੈਂਟ ਹੈ ਉਹਦੇ 'ਚ ਪੁਲਿਸ ਨੇ ਬੜਾ BSF ਦੇ ਨਾਲ ਵੀ ਅਸੀਂ ਹੈਲਪ ਕਰਕੇ ਉਹਦੀ ਜਿਹੜੀ ਸਾਰੀ ਰਿਕਵਰੀ ਕੀਤੀ, ਉਸ ਏਰੀਏ ਨੂੰ ਅਸੀਂ ਸਰਚ ਵੀ ਕੀਤਾ। ਤੋ ਇਹ ਗੱਲ ਇਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗੀ ਹੈ ਕਿ ਰੈਗੂਲਰਲੀ ਡਰੋਨ ਰਾਹੀਂ ਇਹ ਮੰਗਾ ਰਹੇ ਸੀ, ਔਰ ਬੜੇ ਐਕਟਿਵ ਸੀ। ਜਗਰੂਪ ਜੂਪਾ ਜਿਹੜਾ ਹੈਗਾ, ਇਹ 1 ਮਹੀਨੇ ਤੋਂ ਕਾਫੀ ਜ਼ਿਆਦਾ ਸਰਗਰਮ ਰਿਹਾ ਡਰੋਨ ਦੇ ਰਾਹੀਂ ਹੀਰੋਇਨ ਸਮਗਲ ਕਰਨ ਦੇ ਵਿੱਚ। ਸੋਰਟੀਜ਼ ਕਿੰਨੀਆਂ ਹੋਈਆਂ ਉਹ ਸਾਰੀ ਗੱਲਬਾਤ ਅਸੀਂ ਕਲੀਅਰ ਕਰ ਰਹੇ ਹਾਂ, ਬਟ ਜੋ ਪਤਾ ਲੱਗਿਆ ਕਿ ਆਲਮੋਸਟ ਐਵਰੇਜ ਇਹਦੀ ਮਹੀਨੇ 'ਚ 5-6 ਵੱਧ ਹੀ ਹੈ। ਸੋ ਮੈਂ ਇਹਨੂੰ ਵੀ ਬੜੀ ਅੱਛੀ ਇੱਕ ਕਾਮਯਾਬੀ ਮੰਨਦਾ, ਔਰ ਇਹਨੂੰ ਅਸੀਂ ਅੱਗੇ ਫਰਦਰ ਵੀ ਡਿਵੈਲਪ ਕਰਾਂਗੇ। ਔਰ ਜਿਹੜਾ
जावेद है उन्होंने भी होर परस्यू करांगे। जो रेड कॉर्नर नोटिस है उसकी एक्सटेडिशन, जो काली दे बाकी जो कॉन्टैक्ट्स ने उन्होंने भी काम किया जाए।